ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਪਿਆਰੀ, ਗੁਰੂ ਸਵਾਰੀ, ਸਨਮਾਨਯੋਗ ਸਤਿਸੰਗ ਜੀਓ, ਅੱਜ ਕਲਗੀਧਰ ਮਹਾਰਾਜ ਵੱਲੋਂ ਬਖਸ਼ੇ ਪੰਜਾਂ ਕਕਾਰਾਂ ਦੇ ਵਿੱਚੋਂ ਕੰਘੇ ਦੀ ਆਪਣੀ ਜੋ ਵਿਸ਼ੇਸ਼ ਅਹਿਮੀਅਤ ਵਾ, ਉਹਦੇ ਉੱਤੇ ਦਾਸ ਤਿਲ ਮਾਤਰ ਆਪਣੇ ਵਿਚਾਰ ਜਿਹੜੇ ਹੈ ਉਹ ਸੰਗਤਾਂ ਦੇ ਚਰਨਾਂ ਦੇ ਵਿੱਚ ਰੱਖ ਰਿਹਾ ਹੈਗਾ। ਆਓ ਜਰਾ ਥੋੜ੍ਹਾ ਜਿਹਾ ਅਗਰ ਆਪਾਂ ਕਲਗੀਧਰ ਮਹਾਰਾਜ ਦੀ ਗੁਰਬਾਣੀ ਦੇ ਅੰਦਰ ਉਹਨਾਂ ਦੇ ਦਰਸ਼ਨ ਕਰੀਏ ਤਾਂ ਮਹਾਰਾਜ ਇੱਕ ਜਗ੍ਹਾ ਕਹਿੰਦੇ ਆ, ਤੀਰਥ ਕੋਟ ਕੀਏ ਇਸ਼ਨਾਨ, ਦੀਏ ਬੋ ਦਾਨ ਮਹਾਂਵਰਤ ਧਾਰੇ, ਦੇਸ ਫਿਰਿਓ ਕਰ ਭੇਸ ਤਪੋਤਨ, ਕੇਸ ਧਰੇ ਨਾ ਮਿਲੇ ਹਰ ਪਿਆਰੇ, ਆਸਨ ਕੋਟ ਕਰੇ ਅਸ਼ਟਾਂਗ ਧਰੇ, ਬੋ ਨਿਆਸ ਕਰੇ ਮੁਖ ਕਾਰੇ, ਦੀਨ ਦਿਆਲ ਅਕਾਲ ਭਜੇ ਬਿਨ, ਅੰਤ ਕੋ ਅੰਤ ਕੇ ਧਾਮ ਸਧਾਰੇ। ਇਸ ਜੋ ਕਲਗੀਧਰ ਮਹਾਰਾਜ ਦੀ ਆਪਣੀ ਗੁਰਬਾਣੀ ਦੇ ਵਿੱਚੋਂ ਜੋ ਦਰਸ਼ਨ ਹੋ ਰਹੇ ਆ, ਉਹਦੇ ਵਿੱਚੋਂ ਮਹਾਰਾਜ ਕਹਿ ਰਹੇ ਆ ਕਿ ਤੀਰਥਾਂ ਦੇ ਉੱਤੇ ਕਰੋੜਾਂ ਵਾਰ ਜਿਨ੍ਹਾਂ ਰਿਸ਼ੀਆਂ ਮੁਨੀਆਂ ਨੇ ਆਪਣੇ ਸਮੇਂ ਦੇ ਵਿੱਚ ਇਸ਼ਨਾਨ ਕੀਤੇ, ਬਹੁਤ ਵੱਡੇ ਵੱਡੇ ਦਾਨ ਵੀ ਦਿੱਤੇ, ਵੱਡੇ ਵੱਡੇ ਨੇਮ ਵੀ ਰੱਖੇ, ਸਾਰੇ ਦੁਨੀਆ ਦੇ ਅੰਦਰ ਤਪੀਸਰਾਂ ਵਰਗੇ ਭੇਸ ਬਣਾ ਕੇ ਅਤੇ ਵੱਡੀਆਂ ਵੱਡੀਆਂ ਜਿਹੜੀਆਂ ਜਟਾ ਸੀਗੀਆਂ ਉਹ ਸਿਰ ਉੱਤੇ ਰੱਖ ਕੇ ਕਹਿੰਦੇ ਉਹ ਘੁੰਮਦੇ ਰਹੇ, ਕਰੋੜਾਂ ਤਰ੍ਹਾਂ ਦੇ ਆਸਣ ਕੀਤੇ, ਹੋਰ ਵੀ ਬੜੇ ਯਤਨ ਕੀਤੇ, ਪਰ ਉਹਨਾਂ ਨੂੰ ਜੋ ਅਸਲ ਕਾਮਯਾਬੀ ਹੈ ਨਾ ਉਹ ਪ੍ਰਾਪਤ ਨਹੀਂ ਹੋਈ। ਇਹ ਜੋ ਮਹਾਰਾਜ ਨੇ ਸਵਈਆਂ ਦੇ ਅੰਦਰ ਆਪਣੀ ਗੁਰਬਾਣੀ ਜਿਹੜੀ ਹੈ ਪ੍ਰਕਾਸ਼ ਕੀਤੀ ਆ, ਸੋ ਇੱਥੇ ਅਕਲ ਬੜੀ ਦੰਗ ਰਹਿ ਜਾਂਦੀ ਆ ਕਿ ਮਹਾਰਾਜ ਦੇ ਆਪਣੇ ਜਾਣੀ ਕਿ ਵਿਸ਼ਾਲ ਗਿਆਨ ਦੇ ਭੰਡਾਰ ਦੇ ਵਿੱਚੋਂ ਜੋ ਇਹ ਸਾਰੀ ਗੱਲ ਕੀਤੀ ਆ ਕਿ ਕਰੋੜਾਂ ਤੀਰਥਾਂ 'ਤੇ ਇਸ਼ਨਾਨ ਕਰਨ ਵਾਲੇ, ਅਗਰ ਉਹਨਾਂ ਦਾ ਇੰਨੀ ਮਿਹਨਤ ਜਿਹੜੀ ਹੈ ਉਹ ਕਿਸੇ ਅਰਥ ਨਹੀਂ ਗਈ ਤਾਂ ਫਿਰ ਇੱਕ ਸਧਾਰਨ ਪ੍ਰਾਣੀ ਜਿਹੜਾ ਹੈਗਾ ਉਹ ਕੀ ਕਰ ਸਕਦਾ, ਪਹਿਲਾਂ ਦਾ ਸਵਾਲ ਹੈ ਨਾ ਇਹ ਖੜ੍ਹਾ ਹੋ ਜਾਂਦਾ। ਪਰ ਜੇ ਥੋੜ੍ਹਾ ਜਿਹਾ ਆਪਾਂ ਹੈ ਨਾ ਇਹਦੇ 'ਤੇ ਥੋੜ੍ਹੀ ਜਿਹੀ ਗੌਰ ਦੇ ਨਾਲ ਜੇ ਅਗਰ ਵਿਚਾਰ ਕਰਦੇ ਹਾਂ, ਜਿਵੇਂ ਸਾਨੂੰ ਮਹਾਂਪੁਰਖਾਂ ਨੇ ਦੱਸਿਆ ਕਿ ਇਸ ਸ਼ਬਦ ਦੇ ਵਿੱਚ ਘਾਟ ਕੀ ਰਹਿ ਗਈ ਹੈ, ਸੋ ਇਹਦੇ ਵਿੱਚੋਂ ਜੋ ਮੇਨ ਘਾਟ ਵਾ ਨਾ ਉਹ ਮਹਾਂਪੁਰਖ ਦੱਸਦੇ ਆ ਕਿ ਇਹ ਮੇਨ ਘਾਟ ਜਿਹੜੀ ਹੈ ਨਾ ਇਹ ਕੰਘੇ ਦੀ ਆ, ਜਿਹੜਾ ਪੰਜਾਂ ਕਕਾਰਾਂ ਦੇ ਵਿੱਚ ਕੰਘਾ ਕਲਗੀਧਰ ਮਹਾਰਾਜ ਜੀ ਨੇ ਸਾਨੂੰ ਬਖਸ਼ਿਆ ਹੈਗਾ, ਇਹ ਕੰਘਾ ਜਿਹੜਾ ਹੈ ਨਾ ਇਸ ਸਤਰਾਂ ਦੇ ਵਿੱਚੋਂ ਉਸ ਟਾਈਮ ਦੇ ਜੋ ਰਿਸ਼ੀ ਮੁਨੀ ਸੀ ਉਹਨਾਂ ਦੇ ਵਿੱਚੋਂ ਜਿਹੜਾ ਸੀ ਇਹ ਗਾਇਬ ਹੈਗਾ। ਸੋ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਜੋ ਰਿਸ਼ੀ ਮੁਨੀ ਸੀ ਉਹਨਾਂ ਨੂੰ ਇਸ ਕੰਘੇ ਬਾਰੇ ਇੰਨਾ ਗਿਆਨ ਨਹੀਂ ਸੀ ਜਿਹੜਾ ਕਲਗੀਧਰ ਮਹਾਰਾਜ ਜੀ ਨੇ ਬਖਸ਼ਿਸ਼ ਦੇ ਤੌਰ 'ਤੇ ਇਹ ਪੰਜਾਂ ਕਕਾਰਾਂ ਦੇ ਵਿੱਚ ਪ੍ਰਪੱਖ ਕਰ ਦਿੱਤਾ ਹੈਗਾ। ਅਗਰ ਇਹ ਗਿਆਨ ਕੰਘੇ ਦਾ ਬਾਰੇ ਉਸ ਟਾਈਮ ਹੁੰਦਾ ਤਾਂ ਫਿਰ ਇਹ ਜਿਹੜਾ ਕੇਸ ਸੀਗੇ ਇਹ ਕਦੀ ਵੀ ਜਟਾਂ ਦਾ ਰੂਪ ਨਹੀਂ ਲੈਂਦੇ। ਸੋ ਮਹਾਰਾਜ ਨੇ ਇਸ ਕਰਕੇ ਕਿ ਕੇਸ ਜਿਹੜੇ ਹੈ ਅਕਾਲ ਪੁਰਖ ਨੇ ਇਸ ਪ੍ਰਾਣੀ ਨੂੰ ਬਖਸ਼ੇ ਆ, ਅਗਰ ਮਹਾਰਾਜ ਸਾਨੂੰ ਕੇਸਾਂ ਦੇ ਨਾਲ ਕੰਘਾ ਜਿਹੜਾ ਹੈਗਾ ਇਹ ਪ੍ਰਪੱਕ ਨਾ ਕਰਾਉਂਦੇ ਤਾਂ ਹੋ ਸਕਦਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਕੇਸ ਸੀ ਇਹ ਜਟਾਂ ਦਾ ਰੂਪ ਧਾਰਨ ਕਰ ਜਾਂਦੇ। ਸੋ ਇਹਦਾ ਭਾਵ ਇਹ ਹੈਗਾ ਕਿ ਜਿਹੜੀਆਂ ਜਟਾਂ ਹੈਗੀਆਂ ਨਾ ਇਹ ਰੱਖਣ ਦੇ ਨਾਲ ਕੰਘੇ ਤੋਂ ਬਗੈਰ ਇਹ ਜੋ ਭਾਵ ਰੱਖਦੀਆਂ ਹੈਗੀਆਂ ਕਿ ਜਟਾਧਾਰੀ ਜੋ ਪ੍ਰਾਣੀ ਹੁੰਦਾ ਹੈਗਾ ਉਹਦੇ ਵਿੱਚ ਤਮੋ ਗੁਣੀ ਬਿਰਤੀ ਬੜੀ ਪ੍ਰਬਲ ਹੋ ਜਾਂਦੀ ਆ, ਬਰ ਸਰਾਫ ਜਿਹੜਾ ਹੈ ਉਹ ਦੇਣ ਲੱਗੇ ਢੇਰ ਨਹੀਂ ਲਾਉਂਦੇ। ਕਿਉਂਕਿ ਮਹਾਰਾਜ ਦੇ ਕਲਗੀਧਰ ਮਹਾਰਾਜ ਜੋ ਫੈਸਲੇ ਹਨ ਨਾ ਉਹ ਐਸੇ ਆ ਕਿ ਜਿਹਨੂੰ ਦੇਖ ਕੇ ਅਕਲ ਜਿਹੜੀ ਆ ਉਹ ਦਣੀ ਦੰਗ ਰਹਿ ਜਾਂਦੀ ਆ, ਚੱਕਰਿਤ ਰਹਿ ਜਾਂਦੀ ਆ। ਮਹਾਰਾਜ ਨੇ ਜੋ ਵੀ ਫੈਸਲੇ ਆਪਣੇ ਪੰਥ ਵਾਸਤੇ ਲਏ ਆ ਉਹ ਬਿਲਕੁਲ ਪੂਰੇ ਆ, ਕਿਉਂਕਿ ਕਲਗੀਧਰ ਮਹਾਰਾਜ ਵਰਗੇ ਫੈਸਲੇ ਜਿਹੜੇ ਆ ਇਸ ਸ੍ਰਿਸ਼ਟੀ 'ਚ ਨਾ ਕੋਈ ਲੈ ਸਕਿਆ ਅਤੇ ਨਾ ਕੋਈ ਲੈ ਸਕਦਾ ਹੈਗਾ। ਉਹਨਾਂ ਨੇ ਕੰਘਾ ਇਸ ਕਰਕੇ ਕੀਤਾ ਹੈਗਾ ਕਿ ਸਿੱਖ ਜਿਹੜੇ ਹੈ ਅਗਰ ਇਹ ਜਟਾਧਾਰੀ ਹੋ ਗਏ ਅਤੇ ਜਿਹੜਾ ਜਟਾਧਾਰੀ ਜੀਵਨ ਹੈ ਨਾ ਇਹ ਆਪਾਂ ਜੇ ਅਗਰ ਥੋੜ੍ਹਾ ਜਿਹਾ ਪਿੱਛੇ ਇਤਿਹਾਸ ਨੂੰ ਦੇਖਦੇ ਹਾਂ ਪਿਛਲੇ ਯੁੱਗਾਂ ਦੇ ਸਮੇਂ ਦੇ ਵਿੱਚ ਜਿੰਨੇ ਵੀ ਰਿਸ਼ੀ ਮੁਨੀ ਸੀਗੇ ਉਹ ਆਮ ਕਰਕੇ ਤਮੋ ਗੁਣੀ ਮਾਇਆ ਰਜੋ ਤਮੋ ਸਤੋ ਇਹਦੇ ਵਿੱਚ ਜਿਹੜੇ ਉਲਝ ਕੇ ਰਹਿ ਗਏ ਸੀ। ਅਗਰ
ਇਹਦੇ ਵਿੱਚ ਉਲਝ ਕੇ ਰਹਿ ਗਏ ਦਾ ਕਾਰਨ ਇਹ ਹੀ ਆ ਕਿ ਇੱਕ ਕੰਘੇ ਦਾ ਜਿਹੜਾ ਉਸ ਟਾਈਮ ਦਾ ਗਿਆਨ ਸੀਗਾ ਉਹ ਇੰਨਾ ਨਹੀਂ ਸੀਗਾ ਜਿੰਨਾ ਹੋਣਾ ਚਾਹੀਦਾ ਸੀਗਾ। ਅਗਰ ਕੰਘੇ ਦਾ ਉਸ ਟਾਈਮ ਗਿਆਨ ਹੁੰਦਾ ਤਾਂ ਸ਼ਾਇਦ ਹੋ ਸਕਦਾ ਹੈਗਾ ਕਿ ਉਹ ਵੀ ਜਿਹੜੀ ਹੈ ਤਿੰਨ ਗੁਣੀ ਮਾਇਆ ਨੂੰ ਪਾਰ ਕਰਕੇ ਚੌਥੇ ਪਦ ਦੇ ਵਿੱਚ ਚਲੇ ਜਾਂਦੇ। ਸੋ ਮਹਾਰਾਜ ਨੇ ਕਿਉਂਕਿ ਕੰਘਾ ਜਿਹੜਾ ਵਿਸ਼ੇਸ਼ ਤੌਰ 'ਤੇ ਰੱਖ ਦਿੱਤਾ ਹੈਗਾ, ਕੇਸਾਂ ਦੇ ਵਿੱਚ ਕੰਘਾ ਕਰਨ ਦੇ ਨਾਲ ਕੀ ਹੁੰਦਾ ਹੈਗਾ ਕਿ ਜਿਹੜੀ ਤਮੋ ਗੁਣੀ ਬਿਰਤੀ ਹੈ ਨਾ ਉਹ ਬਹੁਤ ਘੱਟ ਜਾਂਦੀ ਆ, ਅਤੇ ਇਹਦੀ ਜਗ੍ਹਾ ਸਤੋ ਗੁਣੀ ਬਿਰਤੀ ਇਹ ਪ੍ਰਬਲ ਹੋ ਜਾਂਦੀ ਆ ਸਿੱਖ ਦੇ ਅੰਦਰ। ਇਹ ਸਤੋ ਗੁਣੀ ਬਿਰਤੀ ਜਿਹੜੀ ਹੈਗੀ ਹੈ ਇਹ ਦਇਆ, ਧਰਮ, ਖਿਮਾ, ਧੀਰਜ ਇਹਦੇ ਵਿੱਚੋਂ ਇਹ ਗੁਣ ਜਿਹੜੇ ਹੈ ਇਹ ਨਿਕਲਣੇ ਸ਼ੁਰੂ ਹੋ ਜਾਂਦੇ ਆ। ਪਰ ਜਿਹੜੀ ਤਮੋ ਗੁਣੀ ਬਿਰਤੀ ਹੈ ਇਹ ਬੜੀ ਭਿਆਨਕ ਹੁੰਦੀ ਆ, ਅਤੇ ਤਮੋ ਗੁਣੀ ਬਿਰਤੀ ਹੋਣ ਦੇ ਨਾਲ ਜਿਹੜਾ ਮਨ ਵਾ ਹਮੇਸ਼ਾ ਅਸ਼ਾਂਤ ਰਹਿੰਦਾ ਹੈਗਾ, ਅਤੇ ਇਹਦੇ ਵਿੱਚ ਹਉਮੈ ਜਿਹੜੀ ਹੈ ਨਾ ਇਹ ਬਹੁਤ ਵੱਧ ਜਾਂਦੀ ਹੈ ਤਮੋ ਗੁਣੀ ਬਿਰਤੀ ਦੇ ਵਿੱਚ। ਇਸ ਕਰਕੇ ਇਹ ਜਿਹੜਾ ਕੰਘਾ ਇਹਦੇ ਅੰਦਰ ਐਡੀ ਭਾਰੀ ਵਿਸ਼ੇਸ਼ਤਾ ਹੈਗੀ ਆ ਕਿ ਅਸੀਂ ਸ਼ਾਇਦ ਕੰਘੇ ਵੱਲ ਇੰਨਾ ਧਿਆਨ ਨਹੀਂ ਦਿੰਦੇ ਜਿੰਨਾ ਇਹਦੇ ਵਿੱਚ ਰਾਜ ਛੁਪਿਆ ਹੈਗਾ। ਦੇਖੋ ਕਰੋੜਾਂ ਤੀਰਥਾਂ 'ਤੇ ਇਸ਼ਨਾਨ ਕਰਕੇ ਉਹ ਆਪਣੇ ਰਿਸ਼ੀ ਮੁਨੀ ਉਸ ਟਾਈਮ ਦੇ ਆਪਣੇ ਮੁਕਾਮ ਦੇ ਵਿੱਚ ਹਾਸਲ ਨਹੀਂ ਹੋ ਸਕੇ, ਤਾਂ ਇੱਕ ਜਿਹੜਾ ਸਿੱਖ ਆ ਇਸ ਨੂੰ ਇਸੇ ਕਰਕੇ ਰਹਿਤਨਾਮਿਆਂ ਦੇ ਵਿੱਚ ਕਿਹਾ ਕਿ ਦੋ ਟਾਈਮ ਕੰਘਾ ਕਰਨਾ ਹੈਗਾ। ਅਗਰ ਥੋੜ੍ਹਾ ਜਿਹਾ ਇਹਦਾ ਆਪਾਂ ਦੇਖ ਲਈਏ ਸਿੱਧੇ ਤੌਰ ਦੇ ਉੱਤੇ, ਇੱਕ ਤਾਂ ਇਹ ਕੇਸਾਂ ਦੀ ਸਫਾਈ ਹੈ, ਦੂਸਰਾ ਜਿਹੜਾ ਇਹਦਾ ਅੱਗੇ ਅਨੁਭਵ ਹੈਗਾ ਉਹ ਕੀ ਹੈ ਕਿ ਜਿਹੜੇ ਵਿਚਾਰ ਬੁਰੇ ਹੁੰਦੇ ਆ ਜੋ ਕੇਸਾਂ ਦੇ ਜ਼ਰੀਏ ਜਿਹੜੇ ਹੈਗੇ ਸਾਨੂੰ ਵੇਵਸ ਦੇ ਤੌਰ 'ਤੇ ਮਿਲਦੇ ਆ, ਉਹ ਕੇਸ ਵਾਹੁਣ ਦੇ ਨਾਲ ਹੈ ਨਾ ਉਹ ਬਾਹਰ ਨਿਕਲ ਜਾਂਦੇ ਆ, ਅਤੇ ਚੰਗੇ ਅਤੇ ਸ਼ੁੱਭ ਵਿਚਾਰ ਜਿਹੜੇ ਹੈ ਉਹ ਕੰਘੇ ਦੇ ਨਾਲ ਅੰਦਰ ਆ ਜਾਂਦੇ ਆ। ਭਾਵ ਕੀ ਆ, ਬੰਦੇ ਦੀ ਜਿਹੜੀ ਬਿਰਤੀ ਆ ਨਾ ਉਹ ਬਹੁਤ ਸਤੋ ਗੁਣੀ, ਬਹੁਤ ਧੀਰਜ ਵਾਲੀ ਅਤੇ ਵਿਵੇਕ ਬੁੱਧ ਜਿਹੜੀ ਹੈ ਉਹ ਬਣ ਜਾਂਦੀ ਆ। ਦੂਸਰੀ ਕੀ ਆ ਕਿ ਕੇਸਾਂ ਦੇ ਵਿੱਚ ਕੰਘਾ ਕਰਨ ਦੇ ਨਾਲ ਕੇਸਾਂ ਦੇ ਅੰਦਰ ਜਿਹੜੀ ਊਰਜਾ ਹੈ ਨਾ, ਸ਼ਕਤੀ ਆ ਸਰੀਰ ਦੇ ਅੰਦਰ ਉਹ ਜ਼ਿਆਦਾ ਪ੍ਰਵੇਸ਼ ਕਰ ਜਾਂਦੀ ਆ। ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਕੋਈ ਵੀ ਜ਼ਿਆਦਾ ਸਰੀਰ ਥੱਕਿਆ ਹੋਵੇ ਬਹੁਤ ਜ਼ਿਆਦਾ, ਅਗਰ ਉਹ ਇਸ਼ਨਾਨ ਕਰਕੇ ਆਪਣੇ ਕੇਸਾਂ ਦੇ ਵਿੱਚ ਕੰਘਾ ਫੇਰੇਗਾ ਤਾਂ ਤੁਸੀਂ ਆਪਾਂ ਦੇਖਾਂਗੇ ਕਿ ਇਹ ਪ੍ਰੈਕਟੀਕਲ ਤੌਰ ਦੇ ਉੱਤੇ ਵੀ ਉਸ ਇਨਸਾਨ ਦੇ ਅੰਦਰ ਜਿਹੜੀ ਹੈ ਨਾ ਊਰਜਾ ਉਹ ਬਹੁਤ ਛੇਤੀ ਉਸ ਸਰੀਰ ਦੇ ਵਿੱਚ ਆ ਜਾਂਦੀ ਆ, ਅਤੇ ਉਹਦੀ ਜੋ ਸੁਸਤੀਪਨ ਥਕਾਵਟ ਵਾ ਬਹੁਤ ਛੇਤੀ ਲੈ ਜਾਂਦੀ ਆ। ਜਿਵੇਂ ਕਿ ਇੱਕ ਵਾਰ ਹਰਭਜਨ ਸਿੰਘ ਜੋਗੀ ਵੀ ਦੱਸਦੇ ਸੀਗੇ ਕਿ ਉਹਨਾਂ ਨੇ ਇੱਕ ਗੋਰੇ ਦੇ ਨਾਲ ਆਪਣਾ ਇਸ ਕੰਘੇ ਦੀ ਅਹਿਮੀਅਤ ਨੂੰ ਦੱਸਣ ਵਾਸਤੇ ਕਹਿੰਦੇ ਆ ਮੈਂ ਇੱਕ ਗੋਰੇ ਨੂੰ ਸਮੁੰਦਰ ਦੇ ਕੰਢੇ ਲੈ ਗਿਆ, ਉਹਦੇ ਨਾਲ ਮੈਂ ਥੋੜ੍ਹੀ ਜਿਹੀ ਹੈ ਨਾ ਕਸਰਤ ਕੀਤੀ, ਥੋੜ੍ਹਾ ਜਿਹਾ ਨੱਠੇ ਭੱਜੇ, ਲੇਕਿਨ ਉਹ ਗੋਰਾ ਜਿਹੜਾ ਸੀਗਾ ਉਹ ਹਾਰ ਮੰਨ ਗਿਆ ਕਿ ਮੇਰਾ ਸਰੀਰ ਬਹੁਤ ਥੱਕ ਗਿਆ ਹੈਗਾ। ਕਹਿੰਦੇ ਅਸੀਂ ਹੰਭ ਹੰਭਾ ਕੇ ਉਸ ਗੋਰੇ ਨੂੰ ਆਪਣੇ ਘਰ ਲਿਆਏ, ਉਹਨੂੰ ਕਿਹਾ ਕਿ ਹੁਣ ਤੂੰ ਥੋੜ੍ਹਾ ਚਿਰ ਹੈ ਨਾ ਇਸ਼ਨਾਨ ਕਰ। ਜਦੋਂ ਕਹਿੰਦੇ ਇਸ਼ਨਾਨ ਕਰਕੇ ਉਹ ਹਟਿਆ ਤਾਂ ਮੈਂ ਉਹਨੂੰ ਫਿਰ ਆਪਣਾ ਜਿਹੜਾ ਸੀ ਲੱਕੜ ਦਾ ਕੰਘਾ ਹੈ ਨਾ ਆਪਣੇ ਸਿਰ 'ਤੇ ਫੇਰ ਨੂੰ ਆਖਿਆ। ਜਦੋਂ ਕਹਿੰਦੇ ਉਹਨੇ ਆਪਣਾ ਸਿਰ ਲੱਕੜ ਦੇ ਕੰਘੇ ਨਾ ਵਾਹਿਆ ਹੈਗਾ, ਲੱਕੜ ਦੇ ਕੰਘੇ 'ਤੇ ਵਾਹੁਣ ਤੋਂ ਬਾਅਦ ਕਹਿੰਦੇ ਫਿਰ ਮੈਂ ਉਸ ਗੋਰੇ ਨੂੰ ਪੁੱਛਿਆ ਸੀਗਾ ਵੀ ਹੁਣ ਦੱਸ ਤੇਰੀ ਜਿਹੜੀ ਹੈਗੀ ਆ ਸਰੀਰ ਦੀ ਜਿਹੜੀ ਹਾਲਤ ਕੀ ਆ। ਤਾਂ ਕਹਿੰਦੇ ਉਹ ਗੋਰਾ ਹੈਰਾਨ ਹੋ ਗਿਆ, ਕਹਿੰਦਾ ਕਿ ਮੈਨੂੰ ਹੁਣ ਇੱਦਾਂ ਲੱਗਦਾ ਹੈਗਾ ਕਿ ਜਿਵੇਂ 5-7 ਘੰਟੇ ਦੀ ਆਪਾਂ ਇੰਨੀ ਦੌੜ ਜਾਂ ਪੈਦਲ ਯਾਤਰਾ ਕਰਨ ਤੋਂ ਬਾਅਦ ਹੁਣ ਮੇਰਾ ਸਰੀਰ ਬਿਲਕੁਲ ਤੰਦਰੁਸਤ ਲੱਗਦਾ ਹੈਗਾ, ਨਵਾਂ ਨਰੋਇਆ ਲੱਗਦਾ ਹੈ। ਭਾਵ ਕੀ ਆ ਕਿ ਕੰਘੇ ਦੇ ਅੰਦਰ ਜਿਹੜੀ ਊਰਜਾ ਹੈਗੀ ਆ ਇਹ ਬਹੁਤ ਜ਼ਿਆਦਾ ਜਿਹੜੀ ਹੈ ਕੇਸਾਂ ਦੇ ਨਾਲ ਪੈਦਾ ਹੋ ਜਾਂਦੀ ਹੈ ਜਦੋਂ ਅਸੀਂ ਕੇਸਾਂ ਦੇ ਵਿੱਚ ਕੰਘਾ ਫੇਰਦੇ ਹਾਂ। ਦੂਸਰਾ ਮਹਾਂਪੁਰਖ ਇੱਕ ਹੋਰ ਕਰਦੇ ਕਹਿੰਦੇ ਹੁੰਦੇ ਸੀ, ਕਹਿੰਦੇ ਕੰਘਾ ਜਿਹੜਾ ਹੈ ਨਾ ਇਹਦੇ ਵਿੱਚ ਇੱਕ ਵੱਡਾ ਗੁਣ ਇਹ ਹੈਗਾ ਕਿ ਜਿਹੜੀ ਅਸਮਾਨੀ ਬਿਜਲੀ ਹੈ ਨਾ ਇਹ ਕੰਘੇ ਜਿਹੜਾ ਹੈਗਾ ਇਹ ਉਸ ਦੀ ਰੱਖਿਆ ਕਰਦਾ ਅਸਮਾਨੀ ਬਿਜਲੀ ਤੋਂ ਜਿਹੜੇ ਆਪਣੇ ਕੇਸਾਂ ਦੇ ਵਿੱਚ ਕੰਘਾ ਸਜਾਉਂਦੇ ਆ। ਇਹਦਾ ਮਤਲਬ ਕੀ ਹੈ ਕਿ ਜਦੋਂ ਅਸਮਾਨੀ ਬਿਜਲੀ ਜਿਹੜੀ ਹੈ ਕਿਤੇ ਪੈ ਜਾਵੇ ਤਾਂ ਇਹ ਜਿਹੜੀ ਲੱਕੜ ਆ ਜਿਹਦੇ ਨਾਲ ਅਸੀਂ ਕੇਸ ਵਾਹੁੰਦੇ ਹਾਂ ਕੰਘੇ ਦਾ ਰੂਪ ਦੇ ਕੇ, ਇਹਦੇ ਅੰਦਰ ਬਿਜਲੀ ਜਿਹੜੀ ਆ ਜਜ਼ਬ ਕਰਨ ਦੀ ਜਿਹੜੀ ਸ਼ਕਤੀ ਆ ਉਹ ਕਈ ਗੁਣਾ ਵੱਧ ਜਾਂਦੀ ਆ। ਇਸ ਕਰਕੇ ਮਹਾਂਪੁਰਖ ਤਾਂ ਸਿੱਧਾ ਕਹਿੰਦੇ ਆ ਕਿ ਜਿਹੜੇ ਕੰਘਾ ਕੇਸਾਂ 'ਤੇ ਆਪਣੇ ਸਜਾਉਂਦੇ ਆ ਸਿੰਘ ਉਹਨਾਂ ਨੂੰ ਅਸਮਾਨੀ ਬਿਜਲੀ ਨਹੀਂ ਪੈਂਦੀ। ਇਹ ਇੱਕ ਵੀ ਬਹੁਤ ਵੱਡਾ ਜਿਹੜਾ ਹੈਗਾ ਇਹ ਕੰਘੇ ਦਾ ਪਰਉਪਕਾਰੀ ਜੋ ਗੁਣ ਹੈਗਾ ਇਹ ਕਲਗੀਧਰ ਮਹਾਰਾਜ ਨੇ ਆਪਣੇ ਖਾਲਸੇ ਨੂੰ ਬਖਸ਼ਿਆ ਹੈਗਾ। ਸੋ ਇੱਕ ਆਪਾਂ ਥੋੜ੍ਹਾ ਜਿਹਾ ਹੋਰ ਦੇਖ ਲਈਏ
ਕਿ ਕਲਗੀਧਰ ਮਹਾਰਾਜ ਨੇ ਕੰਘਾ ਜਿਹੜਾ ਹੈ ਨਾ ਇਹ ਲੱਕੜ ਦਾ ਕਾਠ ਦਾ ਜਿਹੜਾ ਹੈਗਾ ਇਹ ਹੀ ਕਰਨ ਵਾਸਤੇ ਪੱਕੀ ਹਦਾਇਤ ਕੀਤੀ ਆ ਕਿ ਕੇਸਾਂ ਦੇ ਅੰਦਰ ਕੰਘਾ ਜਿਹੜਾ ਹੈ ਨਾ ਉਹ ਕਾਠ ਦਾ ਹੀ ਸਜਾਉਣਾ ਹੈਗਾ। ਹੁਣ ਵੈਸੇ ਤਾਂ ਬਹੁਤ ਹੋਰ ਤਰ੍ਹਾਂ ਦੇ ਪਦਾਰਥ ਵੀ ਆ, ਜਿਵੇਂ ਅੱਜ ਕੱਲ੍ਹ ਪਲਾਸਟਿਕ ਦੀਆਂ ਕੰਘੀਆਂ ਜਾਂ ਹੋਰ ਬੜਾ ਕੁਛ ਜਾਣੀ ਸਾਨੂੰ ਬਾਜ਼ਾਰ ਦੇ ਵਿੱਚੋਂ ਮਿਲ ਜਾਂਦਾ ਹੈਗਾ, ਪਰ ਇਹ ਜਿਹੜਾ ਕਾਠ ਦਾ ਕੰਘਾ ਲੱਕੜ ਦਾ ਕਲਗੀਧਰ ਮਹਾਰਾਜ ਜੀ ਨੇ ਵਿਸ਼ੇਸ਼ ਕਰਕੇ ਇਸੇ ਨੂੰ ਹੀ ਕੇਸਾਂ ਦੇ ਵਿੱਚ ਸਜਾਉਣ ਵਾਸਤੇ ਖਾਲਸੇ ਨੂੰ ਆਖਿਆ ਹੈ। ਇਹ ਕਾਠ ਦੇ ਕੰਘੇ ਦੇ ਪਿੱਛੇ ਬੜੇ ਕਾਰਨ ਛਿਪੇ ਹੋ, ਜਿਵੇਂ ਸਾਨੂੰ ਮਹਾਂਪੁਰਖ ਨੇ ਦੱਸਿਆ ਸੀ, ਉਹ ਕਹਿੰਦੇ ਸੀਗੇ ਵੀ ਜਿਹੜਾ ਨਾ ਕਾਠ ਦਾ ਕੰਘਾ ਹੈ ਇਹ ਕੇਸਾਂ ਵਿੱਚ ਸਜਾਉਣ ਨਾਲ ਹੈ ਨਾ ਸਿੱਖ ਦੇ ਅੰਦਰ ਕਾਠ ਵਰਗੇ ਗੁਣ ਪ੍ਰਗਟ ਹੋ ਜਾਂਦੇ ਆ। ਕਹਿੰਦੇ ਪਹਿਲਾਂ ਕੀ ਹੈ ਕਿ ਜਿਹੜੀ ਕਾਠ ਵਾ ਹੈ ਨਾ ਇਹਦੇ ਵਿੱਚ ਇੱਕ ਗੁਣ ਹੈਗਾ ਕਿ ਜਦੋਂ ਗਰਮੀ ਹੁੰਦੀ ਆ ਤਾਂ ਇਹ ਉਸ ਚੀਜ਼ ਨੂੰ ਠੰਡਾ ਕਰਦੀ ਆ, ਅਤੇ ਜਦ ਸਰਦੀ ਹੋ ਜਾਂਦੀ ਆ ਤਾਂ ਕਾਠ ਜਿਹੜੀ ਹੈਗੀ ਆ ਇਹ ਸਰਦੀ ਨੂੰ ਰੋਕ ਕੇ ਉਸ ਚੀਜ਼ ਨੂੰ ਗਰਮ ਕਰਦੀ ਆ। ਸੋ ਭਾਵ ਕੀ ਆ, ਜਦੋਂ ਕੇਸਾਂ ਦੇ ਵਿੱਚ ਕੰਘਾ ਸਜਾਉਂਦੇ ਹਨ ਤਾਂ ਇਹ ਸਰਦੀਆਂ ਦੇ ਵਿੱਚ ਗਰਮੀ ਦੀ ਊਰਜਾ ਦਿੰਦਾ ਹੈਗਾ ਕੇਸਾਂ ਨੂੰ, ਅਤੇ ਗਰਮੀਆਂ ਦੇ ਵਿੱਚ ਇਹ ਸਰਦੀ ਦੀ ਊਰਜਾ ਠੰਡਕ ਦੀ ਦਿੰਦਾ ਹੈਗਾ। ਦੇਖੋ ਇਹਦੇ ਵਿੱਚ ਕਿਆ ਕੁਦਰਤ ਨੇ ਜਿਹੜਾ ਹੈਗਾ ਉਹ ਐਸਾ ਗੁਣ ਕੰਘੇ ਦੇ ਵਿੱਚ ਭਰ ਦਿੱਤਾ ਹੈਗਾ ਕਿ ਸਾਰੇ ਇਹਦੇ ਵਿੱਚ ਗੁਣ ਜੋ ਲੱਕੜ ਬਾਰੇ ਆ ਜਿਹਨੂੰ ਗੁਰਬਾਣੀ ਵਿੱਚ ਇਸ ਬ੍ਰਿਕਸ਼ ਜਿਹੜੀ ਲੱਕੜ ਹੈ ਨਾ ਇਹਨੂੰ ਦਰਵੇਸ਼ ਕਰਕੇ ਵੀ ਆਖਿਆ ਹੈਗਾ। ਭਾਵ ਕੀ ਹੈ ਕਿ ਜਿਹੜੇ ਲੱਕੜ ਦੇ ਵਿੱਚ ਗੁਣ ਆ ਉਹ ਕੰਘਾ ਸਜਾਉਣ ਵਾਲਿਆਂ ਦੇ ਵਿੱਚ ਬੜੇ ਆਸਾਨੀ ਦੇ ਨਾਲ ਪ੍ਰਵੇਸ਼ ਕਰ ਜਾਂਦੇ ਆ। ਜਿਵੇਂ ਲੱਕੜ ਦਾ ਇੱਕ ਹੋਰ ਗੁਣ ਵਾ ਕਿ ਇਹ ਜਿਹੜਾ ਦਰਖਤ ਹੁੰਦਾ ਹੈਗਾ ਜੇ ਅਸੀਂ ਇਸ ਨੂੰ ਹੁਣ ਵੱਟਾਂ ਮਾਰੀਏ ਤਾਂ ਇਹ ਫਲ ਬਖਸ਼ਦਾ ਹੈਗਾ। ਸੋ ਭਾਵ ਕੀ ਆ, ਜਿਹੜੇ ਗੁਰਸਿੱਖ ਕੰਘੇ ਦਾ ਆਪਣੇ ਸਿਰ ਦੇ ਉੱਤੇ ਸਜਾਉਂਦੇ ਆ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਪਰਉਪਕਾਰੀ ਹੋ ਜਾਂਦਾ ਇੱਕ ਬ੍ਰਿਕਸ਼ ਦੀ ਤਰ੍ਹਾਂ, ਕਿਉਂਕਿ ਇਹ ਗੁਣ ਜਿਹੜੇ ਹਨ ਕੰਘੇ ਦੇ ਵਿੱਚੋਂ ਪ੍ਰਗਟ ਹੋ ਕੇ ਉਹਨਾਂ ਦੇ ਅੰਦਰ ਸਹਿਜ ਵਿੱਚ ਹੀ ਪ੍ਰਵੇਸ਼ ਕਰ ਜਾਂਦੇ ਆ। ਅਤੇ ਅਗਲਾ ਗੁਣ ਜੋ ਹੈਗਾ ਉਹ ਇਹ ਹੈਗਾ ਕਿ ਜੇ ਅਸੀਂ ਦਰਖਤ ਨੂੰ ਕੱਟ ਦੇਈਏ, ਦਰਖਤ ਕੱਟਣ ਤੋਂ ਬਾਅਦ ਵੀ ਕੱਟਣ ਵਾਲੇ ਦਾ ਜੀਵਨ ਜਿਹੜਾ ਹੈਗਾ ਉਹ ਪਰਉਪਕਾਰ ਦੇ ਨਾਲ ਭਰ ਦਿੰਦਾ ਹੈਗਾ। ਇਸੇ ਤਰ੍ਹਾਂ ਜਿਹੜੇ ਗੁਰਸਿੱਖ ਕੰਘਾ ਸਜਾਉਂਦੇ ਹਨ ਉਹਨਾਂ ਦਾ ਜੀਵਨ ਵੀ ਪਰਉਪਕਾਰੀ ਬ੍ਰਹਮ ਗਿਆਨੀ ਵਰਗਾ ਜਿਹੜਾ ਹੈਗਾ ਉਹ ਹੋ ਜਾਂਦਾ ਹੈ, ਜਿਵੇਂ ਬਾਣੀ ਕਹਿੰਦੀ ਕਿ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ, ਇਹ ਗੁਣ ਉਹਦੇ ਵਿੱਚ ਸਹਿਜ ਦੇ ਨਾਲ ਹੀ ਜਿਹੜੇ ਆ ਉਹ ਪ੍ਰਗਟ ਹੋ ਜਾਂਦੇ ਆ। ਸੋ ਇੱਕ ਜੋ ਬ੍ਰਿਕਸ਼ ਦਾ ਸੁਭਾਅ ਹੈਗਾ ਉਹ ਹੈ ਸਦਾ ਹੀ ਡਟੇ ਰਹਿਣਾ ਇੱਕ ਦੇ ਜਗ੍ਹਾ, ਭਾਵ ਕੀ ਹੈ ਕਿ ਗਰਮੀ ਹੋਵੇ, ਸਰਦੀ ਹੋਵੇ, ਪਤਝੜ ਹੋਵੇ, ਬਸੰਤ ਹੋਵੇ, ਇੱਕ ਹੀ ਜਗ੍ਹਾ ਅਡੋਲ ਖੜ੍ਹੇ ਰਹਿਣਾ, ਭਾਵ ਕਿ ਤਪੱਸਿਆ ਦੇ ਰੂਪ ਦੇ ਵਿੱਚ ਇੱਕ ਹੀ ਜਗ੍ਹਾ ਜਿਹੜਾ ਹੈਗਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਲੱਗੀਆਂ ਰਹਿੰਦੀਆਂ ਹੈ। ਸੋ ਇਹ ਗੁਣ ਜਿਹੜਾ ਹੈ ਨਾ ਸਿੱਖ ਦੇ ਵਿੱਚ ਸਹਿਜ ਦੇ ਨਾਲ ਹੀ ਅੰਦਰ ਆ ਜਾਂਦਾ ਹੈ ਕਿ ਸਿੱਖ ਜਿਹੜਾ ਹੈ ਨਾ ਹਮੇਸ਼ਾ ਇੱਕ ਰਸ ਅਤੇ ਇੱਕ ਰੰਗ ਇੱਕ ਰੂਪ ਦੇ ਵਿੱਚ ਹਮੇਸ਼ਾ ਹੀ ਅਡੋਲ ਜਿਹੜਾ ਹੈਗਾ ਉਹ ਆਪਣੇ ਜੀਵਨ ਦੇ ਵਿੱਚ ਆਪਣੀ ਮੰਜ਼ਿਲ ਤੈਅ ਕਰਦਾ ਰਹਿੰਦਾ ਹੈਗਾ। ਇਹ ਕੰਘੇ ਦੇ ਵਿੱਚੋਂ ਗੁਣ ਜਿਹੜੇ ਆ ਨਾ ਇਹ ਸਿੱਖ ਦੇ ਅੰਦਰ ਪ੍ਰਗਟ ਹੋ ਜਾਂਦੇ ਆ, ਜਿਵੇਂ ਜਿਹੜੇ ਦਰਖਤ ਵਾ ਉਹ ਗਰਮੀ ਸਰਦੀ ਪਤਝੜ ਹਰੇਕ ਰੁੱਤ ਨੂੰ ਆਪਣੇ ਉੱਤੇ ਬਰਦਾਸ਼ਤ ਕਰਦੇ ਆ, ਅਤੇ ਸਿੱਖ ਵੀ ਜਿਹੜਾ ਹੈ ਨਾ ਇਸੇ ਤਰ੍ਹਾਂ ਸਾਰੀਆਂ ਰੁੱਤਾਂ ਦੁੱਖਾਂ ਤਕਲੀਫਾਂ ਜਾਣੀ ਜੋ ਵੀ ਕੁਛ ਵਾ ਹੈ ਨਾ ਉਹਨੂੰ ਆਪਣੇ ਜੀਵਨ ਦੇ ਵਿੱਚ ਸਹਿਜ ਦੇ ਨਾਲ ਹੀ ਉਹਦੇ ਉੱਤੇ ਆਪਣਾ ਸਖਤ ਜਿਹੜਾ ਹੈਗਾ ਪਹਿਰੇ ਦੇ ਨਾਲ ਉਸ ਚੀਜ਼ ਨੂੰ ਸਹਿਜ ਦੇ ਵਿੱਚ ਹੀ ਲੈ ਲੈਂਦਾ ਹੈਗਾ। ਸੋ ਅਗਲਾ ਗੁਣ ਜੋ ਲੱਕੜ ਦਾ ਹੈਗਾ ਉਹ ਹੈ ਆਪਣੇ ਮੂਲ ਦੇ ਨਾਲ ਜੁੜੇ ਰਹਿਣਾ, ਜਿਹੜਾ ਬ੍ਰਿਕਸ਼ ਵਾ ਨਾ ਹਮੇਸ਼ਾ ਆਪਣੇ ਮੂਲ ਦੇ ਨਾਲ ਜੁੜਿਆ ਰਹਿੰਦਾ ਹੈਗਾ। ਅਤੇ ਇਸ ਤਰ੍ਹਾਂ ਜਿਹੜਾ ਸਿੱਖ ਵਾ ਜਿਹੜਾ ਕੰਘਾ ਆਪਣੇ ਸੀਸ 'ਤੇ ਸਜਾਉਂਦਾ ਹੈਗਾ ਉਹਦਾ ਜੀਵਨ ਵੀ ਆਪਣਾ ਮੂਲ ਜੋ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਉਹਦੇ ਨਾਲ ਹਮੇਸ਼ਾ ਜੁੜਿਆ ਰਹਿੰਦਾ ਹੈ। ਜਿਵੇਂ ਕਲਗੀਧਰ ਮਹਾਰਾਜ ਨੇ ਆਖਿਆ ਕਿ ਸਗਲ ਦੁਆਰ ਕੋ ਛਾੜ ਕੇ ਗਏ ਤੁਹਾਰੂ ਦੁਆਰ, ਉਹਦੀ ਝਾਕਾ ਜਿਹੜੀ ਹੈ ਨਾ ਕਿਸੇ ਦੂਸਰੇ ਪਾਸੇ ਕਦੀ ਨਹੀਂ ਹੁੰਦੀ ਇੱਕ ਰਤੀ ਜਿੰਨੀ ਵੀ, ਜਿਵੇਂ ਬ੍ਰਿਕਸ਼ ਜਿਹੜਾ ਹੈ ਨਾ ਉਹਦੀਆਂ ਜਿਹੜੀਆਂ ਹੈਗੀਆਂ ਉਹ ਜੜ੍ਹਾਂ ਉਹ ਹਮੇਸ਼ਾ ਜਿਹੜਾ ਹੈਗਾ ਉਹ ਆਪਣੇ ਮੂਲ ਦੇ ਨਾਲ ਜੁੜਿਆ ਰਹਿੰਦਾ ਹੈ, ਜੜ੍ਹ ਦੇ ਨਾਲ ਜੁੜਿਆ ਰਹਿੰਦਾ ਹੈਗਾ। ਇਸ ਤਰ੍ਹਾਂ ਸਿੱਖ ਜਿਹੜਾ ਹੈ ਉਹ ਗੁਰਬਾਣੀ ਦੇ ਨਾਲ ਜੁੜਿਆ ਰਹਿੰਦਾ ਹੈਗਾ। ਫਿਰ ਅਗਲਾ ਜੋ ਬ੍ਰਿਕਸ਼ ਦਾ ਗੁਣ ਹੈ ਨਾ, ਕੋਈ ਵੀ ਮੁਸਾਫਰ ਆਵੇ ਉਹ ਬ੍ਰਿਕਸ਼ ਕਦੀ ਵੀ ਉਹਦਾ ਰੂਪ ਰੰਗ ਜਾਤ ਪਾਤ ਉੱਚਾ ਨੀਵਾਂ ਨਹੀਂ ਦੇਖਦਾ। ਇਸ ਤਰ੍ਹਾਂ ਇਹ ਸਿੱਖ ਦੇ ਅੰਦਰ ਵੀ ਇਹ ਜਿਹੜਾ ਗੁਣ ਲੱਕੜ ਦਾ ਆ ਜਾਂਦਾ ਹੈਗਾ ਕਿ ਸਿੱਖ ਦੇ ਕੋਲ ਜੋ ਵੀ ਆਉਂਦਾ ਹੈਗਾ ਉਹਨੂੰ ਉਹ ਠੰਡੀ ਛਾਂ ਜਿਹੜਾ ਹੈਗਾ ਉਹ ਆਪਣੇ ਪਿਆਰਿਆਂ ਨੂੰ ਬਖਸ਼ਦਾ ਹੈਗਾ, ਉਹਦੀ ਉਹ ਜਾਤ ਨਹੀਂ ਪੁੱਛਦਾ, ਨਾਮ ਨਹੀਂ ਦੇਖਦਾ, ਕੋਈ ਚੀਜ਼ ਨਹੀਂ ਦੇਖਦਾ, ਭਾਵ ਕਿ ਉਹ ਦੇਖਦਾ ਹੈਗਾ ਕਿ ਮੈਨੂੰ ਇੱਕ ਸੇਵਾ ਦਾ ਅਵਸਰ ਮਿਲਿਆ ਹੈ ਅਤੇ ਮੈਂ ਇਹ ਸੇਵਾ ਦਾ ਜੋ ਅਵਸਰ ਹੈ ਇਹ ਅਜਾਈ ਨਾ ਜਾਣਦਿਆਂ, ਇਸ ਕਰਕੇ ਉਹ ਜਾਤ ਪਾਤ ਤੋਂ ਉੱਪਰ ਉੱਠ ਕੇ ਹੀ ਜਿਵੇਂ ਦਰਖਤ ਜਿਹੜੇ ਆ ਕਿਸੇ ਨੂੰ ਠੰਡੀ ਛਾਂ ਦਿੰਦੇ ਉਹਦੇ ਗੁਣ ਉੱਗਣ ਨਹੀਂ ਚਿਤਾਰਦੇ, ਇਸ ਤਰ੍ਹਾਂ ਜਿਹੜੇ ਗੁਰਸਿੱਖ ਆ
ਜਿਹੜੇ ਕੰਘਿਆ ਆਪਣੀ ਸੀਸ 'ਤੇ ਸਜਾਉਂਦੇ ਆ ਉਹ ਆਏ ਪ੍ਰਾਣੀ ਦੇ ਗੁਣ ਔਗਣ ਨਹੀਂ ਚਿਤਾਰਦੇ, ਸਿਰਫ ਕੇਵਲ ਅਤੇ ਕੇਵਲ ਉਹ ਆਪਣਾ ਪਰਉਪਕਾਰੀ ਜਿਹੜਾ ਸੁਭਾਅ ਹੈ ਉਹ ਹੀ ਵਰਤਦੇ ਹੈ। ਅਗਲਾ ਜੋ ਲੱਕੜ ਦੇ ਵਿੱਚ ਗੁਣ ਹੁੰਦਾ ਉਹ ਹੁੰਦੀ ਹੈ ਹਿਰਦੇ ਗਰੀਬੀ। ਇਹ ਜਿਹੜੀ ਹਿਰਦੇ ਗਰੀਬੀ ਲੱਕੜ ਦੇ ਵਿੱਚ ਹੁੰਦੀ ਹੈ ਨਾ, ਭਾਵ ਕੀ ਹੈ ਕਿ ਲੱਕੜ ਜਿਹੜੀ ਹੈ ਇਹਦੇ ਅੰਦਰ ਇੰਨੀ ਨਿਮਰਤਾ ਹੈ ਕਿ ਇਸ ਮਤਲਬ ਜੇ ਅਸੀਂ ਇਹਨੂੰ ਬਾਲ ਵੀ ਦਿੰਦੇ ਹਾਂ ਤਾਂ ਇਹ ਸਰਦੀਆਂ ਦੇ ਵਿੱਚ ਸਾਨੂੰ ਅਗਨੀ ਪ੍ਰਦਾਨ ਕਰਦੀ ਹੈ। ਸੋ ਇਸ ਤਰ੍ਹਾਂ ਜਿਹੜੇ ਗੁਰਸਿੱਖ ਹਨ ਉਹਨਾਂ ਦੇ ਅੰਦਰ ਇਹ ਹਿਰਦੇ ਗਰੀਬੀ ਜਿਹੜੀ ਹੈਗੀ ਆ ਉਹ ਉਹਨਾਂ ਦੇ ਅੰਦਰ ਸੁਭਾਅ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈਗੀ ਆ। ਸੋ ਅਗਲਾ ਗੁਣ ਇਹ ਹੁੰਦਾ ਜਿਹੜੀ ਲੱਕੜ ਵਾ ਜਿਹੜੇ ਦਰਖਤ ਹੁੰਦੇ ਹਨ ਇਹ ਕਦੀ ਕਿਸੇ ਤੋਂ ਵੀ ਸਹਾਇਤਾ ਦੀ ਉਮੀਦ ਨਹੀਂ ਰੱਖਦੇ। ਇਸ ਤਰ੍ਹਾਂ ਜਿਹੜੇ ਗੁਰਸਿੱਖ ਹੁੰਦੇ ਆ ਉਹ ਕਦੀ ਵੀ ਕਿਸੇ ਦੇ ਅੱਗੇ ਹੱਥ ਨਹੀਂ ਅੜਦੇ, ਕਿਸੇ ਤੋਂ ਉਹ ਸਹਾਇਤਾ ਦੀ ਉਮੀਦ ਨਹੀਂ ਰੱਖਦੇ, ਕਿਉਂਕਿ ਉਹਨਾਂ ਦਾ ਸੁਭਾਅ ਜਿਹੜਾ ਹੈਗਾ ਉਹ ਬ੍ਰਿਕਸ਼ ਦੀ ਤਰ੍ਹਾਂ ਹੁੰਦਾ ਹੈਗਾ। ਬ੍ਰਿਕਸ਼ ਜਿਹੜਾ ਹੈਗਾ ਉਹ ਕਦੀ ਵੀ ਕਿਸੇ ਤੋਂ ਸਹਾਇਤਾ ਲਈ ਹੱਥ ਨਹੀਂ ਜਿਹੜਾ ਉਹ ਰੱਖਦਾ ਹੈਗਾ। ਸੋ ਅਗਲਾ ਜੋ ਗੁਣ ਬ੍ਰਿਕਸ਼ ਦੇ ਅੰਦਰ ਹੁੰਦਾ ਹੈਗਾ ਕਿ ਜਿਹੜਾ ਬ੍ਰਿਕਸ਼ ਆ ਨਾ ਉਹ ਸਾਰੇ ਹੀ ਜਿੰਨੇ ਵੀ ਜੀਵ ਜੰਤੂ ਪ੍ਰਾਣੀ ਆ ਉਹ ਸਾਰਿਆਂ ਨੂੰ ਨਵੀਂ ਬਖਸ਼ਦਾ ਹੈ, ਹਵਾ ਬਖਸ਼ਦਾ ਹੈ। ਇਹ ਵੀ ਇਹ ਕਾਰਖਾਨਾ ਜਿਹੜਾ ਹੈਗਾ ਇਹ ਦਰੱਖਤਾਂ ਦੇ ਵਿੱਚ ਜਿਹੜਾ ਹੈਗਾ ਇਹ ਵਾਹਿਗੁਰੂ ਦੀ ਦਾਤ ਵੱਲੋਂ ਚੱਲਦਾ ਹੈਗਾ। ਇਸ ਤਰ੍ਹਾਂ ਸਿੱਖ ਵੀ ਜਿਹੜਾ ਹੈ ਨਾ ਉਹ ਰੂਹਾਨੀਅਤ ਦੀ ਨਵੀਂ ਜਿਹੜੀ ਹੈ ਨਾ ਪੌਣ ਸ਼ਬਦ ਹਵਾ ਬਹੁਤ ਗੁੜ ਮਿੱਠੀ ਜਿਹੜੀ ਬਾਣੀ ਹੈ ਉਹ ਹਰੇਕ ਪ੍ਰਾਣੀ ਨੂੰ ਉਹ ਸਿੱਖ ਜਿਹੜਾ ਹੈਗਾ ਉਹ ਬਖਸ਼ਦਾ ਹੈ, ਉਹਨਾਂ ਦੇ ਕੰਨਾਂ ਦੇ ਵਿੱਚ ਇਹ ਬਾਣੀ ਜਿਹੜੀ ਹੈ ਨਾ ਰਸ ਘੋਲਦੀ ਹੈ। ਇਹ ਸਾਰੇ ਗੁਣ ਜਿੰਨੇ ਵੀ ਆਪਾਂ ਗਾਂ ਤੋਂ ਗਾਂ ਲਈ ਜਾਂਦੇ ਹਾਂ ਇਹ ਸਾਰੇ ਹੀ ਕੰਘੇ ਦੇ ਵਿੱਚੋਂ ਪ੍ਰਗਟ ਹੋ ਜਾਂਦੇ ਆ, ਕਾਠ ਦੇ ਕੰਘੇ ਦੇ ਵਿੱਚੋਂ। ਇਸ ਕਰਕੇ ਜਿਹੜੀ ਲੱਕੜ ਹੈਗੀ ਆ ਇਹ ਇਹਦੇ ਵਿੱਚ ਇੰਨੇ ਭਾਰੇ ਗੁਣ ਜਿਹੜੇ ਆ, ਜਦੋਂ ਅਸੀਂ ਇਹਦਾ ਕੰਘਾ ਜਿਹੜਾ ਹੈਗਾ ਬਣਾ ਕੇ ਆਪਣੇ ਕੇਸਾਂ ਦੇ ਵਿੱਚ ਲਾਉਂਦੇ ਹਾਂ ਤਾਂ ਇਹ ਗੁਣ ਗੁਰਸਿੱਖ ਦੇ ਅੰਦਰ ਸਹਿਜ ਦੇ ਵਿੱਚ ਹੀ ਪ੍ਰਵੇਸ਼ ਕਰ ਜਾਂਦੇ ਆ। ਸੋ ਇਹ ਕੰਘੇ ਦੀ ਐਡੀ ਵੱਡੀ ਭਾਰੀ ਜਿਹੜੀ ਮਹਾਨਤਾ ਹੈਗੀ ਆ ਉਹ ਸਾਨੂੰ ਜਿਵੇਂ ਮਹਾਂਪੁਰਖ ਨੇ ਦੱਸੀ ਆ ਕਿ ਇਹ ਕੰਘਾ ਜਿਹੜਾ ਹੈਗਾ ਜਿਹਨੂੰ ਅਸੀਂ ਬਿਲਕੁਲ ਥੋੜ੍ਹਾ ਜਿਹਾ ਅਵੇਸਲਾ ਕਰ ਦਿੰਦੇ ਹਾਂ ਪਰ ਇਹਦੇ ਅੰਦਰ ਕਿੰਨੇ ਭੇਦ ਛੁਪੇ ਆ। ਇਹ ਤਾਂ ਫਿਰ ਉਹ ਕੰਘੇ ਵਰਤਣ ਵਾਲਾ ਜਿਹੜਾ ਹੈਗਾ ਜਿਹੜਾ ਇਸ ਨੂੰ ਨੇਮ ਦੇ ਨਾਲ ਵਰਤਦਾ ਹੈਗਾ ਉਹਦੇ ਅੰਦਰ ਐਟੋਮੈਟਿਕ ਇਹ ਜਿਹੜੇ ਭੇਦ ਹੈ ਇਹ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਆ। ਜਿਵੇਂ ਅਸੀਂ ਇਤਿਹਾਸ ਦੇ ਵਿੱਚ ਦੇਖਦੇ ਹਾਂ ਕਿ ਕਲਗੀਧਰ ਮਹਾਰਾਜ ਦੇ ਕੇਸਾਂ ਦੇ ਵਿੱਚ ਕੰਘਾ ਜਿਹੜਾ ਸੀ ਨਾ ਮਾਤਾ ਗੁਜਰ ਕੌਰ ਜੀ ਕਰਦੇ ਹੁੰਦੇ ਸੀ। ਜਦ ਤੱਕ ਮਾਤਾ ਗੁਜਰ ਕੌਰ ਜੀ ਸਰਸਾ ਨਦੀ 'ਤੇ ਵਿਛੜਨ ਤੱਕ ਮਾਤਾ ਗੁਜਰ ਕੌਰ ਜੀ ਨੇ ਕਲਗੀਧਰ ਮਹਾਰਾਜ ਦੇ ਜਿਹੜੇ ਕੇਸ ਸੀ ਉਹਦੇ ਉੱਤੇ ਕੰਘੇ ਦੀ ਜਿਹੜੀ ਸੇਵਾ ਉਹ ਆਪ ਕੀਤੀ ਸੀਗੀ। ਕੋਈ ਐਸਾ ਦਿਨ ਨਹੀਂ ਸੀ ਕਿ ਮਾਤਾ ਗੁਜਰ ਕੌਰ ਜੀ ਜਦੋਂ ਕਲਗੀਧਰ ਮਹਾਰਾਜ ਦੇ ਜਿਹੜੇ ਕੇਸ ਸੀਗੇ ਉਹ ਆਪ ਹੀ ਜਿਹੜੇ ਸਜਾਉਂਦੇ ਹੁੰਦੇ ਸੀਗੇ ਕੰਘਾ ਕਰਕੇ। ਪਰ ਹੁਣ ਕੰਘੇ ਦੀ ਜਿਹੜੀ ਅਹਿਮੀਅਤ ਵਾ ਉਹ ਤਾਂ ਪੀਰ ਬੁੱਧੂ ਸ਼ਾਹ ਨੂੰ ਜਾ ਕੇ ਆਪਾਂ ਜਦੋਂ ਪੁੱਛਦੇ ਹਾਂ ਅਤੇ ਜਿਨ੍ਹਾਂ ਨੇ ਆਪਣੇ ਜੋ ਲਾਡਲੇ ਬੇਟੇ ਕਲਗੀਧਰ ਮਹਾਰਾਜ ਦੇ ਜੋ ਵੱਡਾ ਜੰਗ ਹੋਇਆ ਸੀਗਾ ਉਹਦੇ ਵਿੱਚ ਸ਼ਹੀਦ ਕਰਾਏ ਸੀ ਉਸ ਭੰਗਾਣੀ ਦੇ ਯੁੱਧ ਦੇ ਵਿੱਚ, ਅਤੇ ਉਹਨਾਂ ਨੇ ਵੀ ਫਿਰ ਕੰਘੇ ਦੀ ਜਿਹੜੀ ਬਖਸ਼ਿਸ਼ ਜਿਹੜੀ ਸੀ ਉਹ ਮੰਗੀ ਸੀ। ਅਤੇ ਮਹਾਰਾਜ ਨੇ ਫਿਰ ਕਲਗੀਧਰ ਮਹਾਰਾਜ ਨੇ ਪੀਰ ਬੁੱਧੂ ਸ਼ਾਹ ਦੇ ਉੱਤੋਂ ਪ੍ਰਸੰਨ ਹੋ ਕੇ ਉਹਦੀ ਜਿਹੜੀ ਬਖਸ਼ਿਸ਼ ਸੀਗੀ ਉਹ ਪੂਰੀ ਕੀਤੀ। ਉਹਨੂੰ ਇਕੱਲਾ ਕੰਘਾ ਭੇਟ ਨਹੀਂ ਕੀਤਾ ਨਾਲ ਕੇਸ ਵੀ ਭੇਟ ਕੀਤੇ, ਭਾਵ ਕਿ ਕੇਸ ਕੰਘੇ ਦੇ ਨਾਲ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਜੁੜੇ ਹੋਏ ਆ। ਜਿੱਥੇ ਕੇਸ ਵਾ ਨਾ ਉੱਥੇ ਕੰਘਾ ਫਿਰ ਆਪਣੇ ਆਪ ਹੀ ਆ ਜਾਂਦਾ ਹੈਗਾ। ਸੋ ਜ਼ਰੂਰੀ ਆ ਕਿ ਸਿੱਖ ਜਿਹੜਾ ਹੈਗਾ ਉਹ ਕੰਘੇ ਨੂੰ ਆਪਣੇ ਹਮੇਸ਼ਾ ਕੇਸਾਂ ਦੇ ਉੱਤੇ ਜਿਹੜਾ ਹੈ ਉਹ ਸਜਾ ਕੇ ਰੱਖੇ ਤਾਂ ਜੋ ਕੰਘੇ ਦੀ ਜਿਹੜੀ ਅਹਿਮੀਅਤ ਵਾ ਉਹਦੀ ਹੋਰ ਵੀ ਉਹਦੇ ਅਨੁਭਵ ਦੇ ਵਿੱਚ ਆ ਸਕੇ ਅਤੇ ਉਹਦਾ ਜੀਵਨ ਸ਼ਾਂਤ ਆਨੰਦਮਈ ਸੁਖਦਾਇਕ ਬੇਪਰਵਾਹ ਨਿਰਭੈਤਾ ਨਿਰਵੈਰਤਾ ਇਹਨਾਂ ਆਦਿ ਜਿੰਨੇ ਵੀ ਗੁਣ ਹੈ ਉਹਨਾਂ ਦੇ ਨਾਲ ਭਰ ਜਾਵੇ। ਸੋ ਇੰਨੇ ਵਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।